ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਆਨਚੂ ਕੁੜੀ ਨੇ ਲਾੜੇ ਦੀ ਇਹ ਹਰਕਤ ਦੇਖ ਕੇ ਮੌਕੇ ਤੇ ਦਿੱਤਾ ਬਿਆਨ ਤੋਂ ਜਵਾਬ ਸਾਰੇ ਇਲਾਕੇ ਦੇ ਵਿੱਚ ਚਰਚਾ ਸੋ ਖਬਰ ਪੰਜਾਬ ਤੋਂ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਵੀਡੀਓ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੇ ਅੰਤ ਵਿੱਚ ਜਾ ਕੇ ਵੀਡੀਓ ਦੇ ਕਮੈਂਟ ਸੈਕਸ਼ਨ ਚ ਕਮੈਂਟ ਕਰਿਓ ਵੀ ਲੜਕੀ ਨੇ ਸਹੀ ਕੀਤਾ ਜਾਂ ਗਲਤ ਹੁਣ ਵਿਆਹ ਦੇ ਵਿੱਚ ਕੁੜੀ ਨੂੰ ਲੜਕੇ ਦੀ ਸੱਚਾਈ ਪਤਾ ਲੱਗਣ ਤੇ ਉਸ ਵੱਲੋਂ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਘਟਨਾ ਦੀ ਚਰਚਾ ਚਾਰੇ ਪਾਸੇ ਆ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਔਰਾਈਆਂ ਕੋਤਵਾਲੀ ਖੇਤਰ ਦੇ ਇੱਕ ਪਿੰਡ ਤੋਂ ਸਾਹਮਣੇ ਆਈਆ ਪਿੰਡ ਜਮਾਲਪੁਰ ਨਿਵਾਸੀ ਇੱਕ ਵਿਅਕਤੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਆਪਣੀ ਧੀ ਦਾ ਵਿਆਹ ਮਹਾਰਾਜਪੁਰ ਪਿੰਡ ਦੇ ਇੱਕ ਲੜਕੇ ਸ਼ਿਵਮ ਪੁੱਤਰ ਵਨੋਦ ਨਾਲ ਤੈਅ ਕੀਤਾ ਗਿਆ ਸੀ ਵਿਆਹ ਵਾਲੇ ਦਿਨ ਜਦੋਂ ਵਿਆਹ ਦੀਆਂ ਰਸਮਾਂ ਹੋਣ ਲੱਗੀਆਂ ਤਾਂ ਲੜਕੇ ਨੇ ਕਾਲੀਆਂ ਲੜਕੇ ਦੇ ਕਾਲੀਆਂ ਐਣਕਾਂ ਲੱਗੀਆਂ ਹੋਈਆਂ ਵੇਖ ਕੇ ਸਾਰੇ ਰਿਸ਼ਤੇਦਾਰਾਂ ਵੱਲੋਂ ਹੈਰਾਨੀ ਪ੍ਰਗਟ ਕੀਤੀ ਲੜਕੇ ਨੂੰ ਚਸ਼ਮਾ ਉਤਾਰਨ ਦੇ ਲਈ ਕਿਹਾ ਗਿਆ ਉਹਨਾਂ ਕੋਲੋਂ ਅਖਬਾਰ ਪੜਾਉਣ ਦੀ ਕੋਸ਼ਿਸ਼ ਕੀਤੀ ਗਈ ਜੋਸ ਕੋਲੋਂ ਨਹੀਂ ਪੜੀ ਗਈ ਲੜਕੇ ਦੀ ਨਜ਼ਰ ਕਮਜ਼ੋਰ ਹੋਣ ਦੀ ਗੱਲ ਲੜਕੀ ਨੂੰ ਪਤਾ ਲੱਗੀ ਉਸਨੇ ਇਸ ਧੋਖੇ ਨੂੰ ਸਹਿਣ ਨਾ ਕਰਦੇ ਹੋਏ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਲੜਕੀ ਦੇ ਪਰਿਵਾਰਕ ਪੱਖ ਵੱਲੋਂ ਰਿਸ਼ਤਾ ਕਰਵਾਉਣ ਵਾਲਿਆਂ ਤੇ ਲੜਕੇ ਪਰਿਵਾਰ ਉੱਪਰ ਧੋਖਾ ਧੜੀ ਦੀ ਰਿਪੋਰਟ ਦਰਜ ਕਰਵਾਈ ਗਈ 2 ਦਿਨ ਇਹ ਮਾਮਲਾ ਪੰਚਾਇਤ ਵਿੱਚ ਸੁਲਝਾਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਮੰਗਲਵਾਰ ਨੂੰ ਇਹ ਮਾਮਲਾ ਥਾਣੇ ਵਿੱਚ ਪਹੁੰਚ ਗਿਆ ਲੜਕੀ ਪੱਖ ਵੱਲੋਂ ਆਖਿਆ ਗਿਆ ਕਿ ਉਹਨਾਂ ਦਾ ਬਹੁਤ ਜ਼ਿਆਦਾ ਖਰਚਾ ਹੋਇਆ ਜਿਸ ਕਰੋਂ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਪੀੜਤ ਵੱਲੋਂ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਨੂੰ ਲੈ ਕੇ ਕਮੈਂਟ ਸੈਕਸ਼ਨ